ਬਿਰਛਾਰੀ ਬਿਨ ਸਾਧੂ ਜੋ ਜੀਵਣਾ ਤੇ ਤੋਂ ਬਿਰਛਾਰੀ। ਸਾਧੂ ਦੀ ਸੰਗਤ ਬਿਨਾਂ ਜਿਤਨਾ ਜੀਵਣ ਹੈ ਸਭ ਵਿਅਰਥ ਹੈ। ਸਤਿ ਸ੍ਰੀ ਬੋਲੋ ਸ੍ਰੀ ਬਿਨ ਗੁਰੂ ਮੁੜ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਕੂ। ਕਿਉਂ ਨਹੀਂ ਜਪਿਆ? ਜਪਣ ਵਾਲੇ ਦੀ ਸੰਗਤ ਨਹੀਂ ਮਿਲੀ। ਸੰਗਤ ਮਿਲਦੀ ਜਪਣ ਵਾਲੇ ਦੀ ਤੇ ਫਿਰ ਕਿਵੇਂ ਨਾ ਜਪਦਾ? ਜੇ ਫਿਰ ਵੀ ਨਹੀਂ ਜਪਿਆ ਤਾਂ ਇਹਨੂੰ ਸੰਗਤ ਨਹੀਂ ਮਿਲੀ, ਇਹ ਭੁੱਲ ਗਿਆ। ਕੁਸੰਗਤ ਨੂੰ ਸੰਗਤ ਸਮਝੀ ਫਿਰਦਾ। ਜੇ ਸੱਚਮੁੱਚ ਸੰਗਤ ਹੈ ਤਾਂ ਫਿਰ ਸੰਗਤ ਦਾ ਫਲ ਹੈ ਨਾਮਚਿਤ ਆਵੇ। ਨਾਮਚਿਤ ਆਇਆ ਤਾਂ ਸਮਝ ਮੈਂ ਸੰਗਤ ਵਿੱਚ ਗਿਆ ਹੈ। ਜੇ ਮੁੜ ਵੀ ਨਾਮਚਿਤ ਨਹੀਂ ਆਇਆ ਤਾਂ ਸਮਝ ਲੈ ਮੈਂ ਕੁਸੰਗ ਵਿੱਚ ਗਿਆ। ਮਾਰਗ ਤਾਂ ਦੋ ਹੀ ਹਨ, ਜਾਂ ਸੰਗਤ ਤੇ ਜਾਂ ਫਿਰ ਕੁਸੰਗ। ਜਪਣਾ ਤੇ ਨਾ ਜਪਣਾ, ਸੰਗਤ ਦਾ ਫਲ ਹੈ ਜਪਣਾ, ਕੁਸੰਗਤ ਦਾ ਫਲ ਹੈ ਨਾ ਜਪਣਾ। ਕੋਈ ਆਖਦਾ ਜੀ ਮੈਂ ਇੱਥੋਂ ਜਪਿਆ ਨਹੀਂ ਜਾਂਦਾ, ਇਹ ਕਿਸੇ ਜਨਮ ਦੀ ਮਾਰ ਪਈ ਹੈ ਕੁਸੰਗ ਦੀ। ਉਹ ਸੰਸਕਾਰ ਉਸ ਵੇਲੇ ਦੇ ਬਣੇ ਹਨ ਨਾ ਜਪਣ ਦੇ, ਹੁਣੇ ਤਾਂ ਪਲਟ ਸਕਦੇ ਹਨ ਜੇ ਕੋਈ ਜ਼ੋਰਦਾਰ ਸੰਗਤ ਮਿਲੇ। ਜਿਤਨੀ ਕੁ ਤਾਕਤ ਹੋਵੇ ਜੇ ਮਗਰ ਉਸ ਤੋਂ ਵਜ਼ਨ ਵਧੀਕ ਹੋਵੇ ਤਾਂ ਉਹ ਖਿੱਚ ਨਹੀਂ ਸਕਦਾ। ਖਿੱਚ ਤਾਂ ਸਕਦਾ ਜੇ ਮਗਰ ਵਜ਼ਨ ਇਤਨਾ ਵਧੀਕ ਨਾ ਹੋਵੇ, ਉਸ ਤੋਂ ਘੱਟ ਹੋਵੇ। ਇਸੇ ਤਰ੍ਹਾਂ ਸੰਗਤ ਵਿੱਚ ਜਾ ਕੇ ਨਾਮਚਿਤ ਆਵੇ। ਨਾਮਚਿਤ ਨਹੀਂ ਆਇਆ ਤਾਂ ਸੰਗਤ ਵਿੱਚ ਇਤਨਾ ਬਲ ਨਹੀਂ ਜੋ ਮੇਰੇ ਮਨ ਦੀ ਚੱਕੀ ਚਲਾ ਸਕੇ। ਗੁਰੂ ਬਾਬੇ ਦੀ ਸਮਰੱਥਾ ਇੱਕ ਚੱਕੀ ਚਲਾਈ, ਜੇਲ ਦੀਆਂ ਸਾਰੀਆਂ ਚੱਕੀਆਂ ਆਪੇ ਪਈਆਂ ਚੱਲਦੀਆਂ। ਜਿਸਨੇ ਵੀ ਬਾਬਾ ਜੀ ਦੀ ਸੰਗਤ ਕੀਤੀ ਹੈ ਉਹਨਾਂ ਦੇ ਘਰੀ ਜਾ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਵੇਂ ਸੇਵਾ ਕੀਤੀ। ਤੇ ਬਾਕੀਆਂ ਨੂੰ ਤੱਕੋ, ਘਰ ਬੇਸ਼ੱਕ ਸਤਿਗੁਰੂ ਹਨ, ਪ੍ਰਭਾਵ ਕੋਈ ਨਹੀਂ। ਤੇ ਜੇ ਸਤਸੰਗੀ ਹੈ, ਬਾਬਾ ਜੀ ਦਾ ਪ੍ਰੇਮੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਜਾਣ ਕੇ ਮੰਨਦਾ ਪੂਜਦਾ ਹੈ ਤਾਂ ਆਉਂਦਿਆਂ ਵੀ ਮੱਥਾ ਟੇਕੇਗਾ ਘਰ, ਤੇ ਘਰੋਂ ਜਾਂਦਿਆਂ ਵੀ ਮੱਥਾ ਟੇਕ ਕੇ ਜਾਏਗਾ। ਤੇ ਫਿਰ ਜਿੱਥੇ ਜਾ ਕੇ ਬਵੇਗਾ ਸੁਰਤ ਉੱਥੇ ਹੋਵੇ। ਚੁਬੀ ਰਹੀ ਸੁਰਤ ਪ੍ਰਭ ਚਰਨਨ। ਸੰਗਤ ਦਾ ਕਾਲ ਪੈ ਗਿਆ, ਕੁਸੰਗਤ ਦਾ ਬਲ ਵੱਧ ਗਿਆ। ਲੋਕੀ ਸੰਸਾਰ ਵਿੱਚ ਜਿਤਨੇ ਜੀਵ ਵਿਚਰਦੇ ਵੇਖੇ, ਕਿਸੇ ਦੇ ਅੰਦਰ ਸੱਚ ਦਾ ਦੀਵਾ ਕੋਈ ਨਾ ਜਗਦਾ ਦੇਖੇ। ਸਭ ਬੁਝੇ ਦੀਵੇ ਕਰਾਮਾਤੀਏ ਵੀ, ਮਾਨ ਪ੍ਰਤਿਸ਼ਠਾ ਵਾਲੇ ਵੀ, ਉਹ ਅਤੀਤ ਤੇ ਵਿਰਕਤ ਪੈਸੇ ਨੂੰ ਹੱਥ ਨਾ ਲਾਵਣ, ਇਸਤਰੀ ਨੂੰ ਮੱਥੇ ਨਾ ਲਾਵਣ, ਪਹਾੜਾਂ ਦੀਆਂ ਗੁਫਾ ਵਿੱਚ ਰਹਿੰਦੇ, ਉਹ ਵੀ ਖਾਲੀ। ਸਾਹਿਬ ਜਦੋਂ ਮੁਲਤਾਨ ਗਏ, ਪੁੱਛਿਆ ਮਰਦਾਨੇ ਨੇ ਗਰੀਬ ਨਵਾਜ, ਇੱਥੇ ਤਾਂ ਬਹੁਤ ਪੀਰ ਫਕੀਰ ਹਨ। ਬਾਬੇ ਆਖਿਆ ਜਿਤਨੇ ਬੈਠੇ ਹਨ ਇਹ ਸਾਰੇ ਹੀ ਬੜੀਆਂ ਕਮਾਈਆਂ ਵਾਲੇ ਨੇ। ਤੇ ਫਿਰ ਮਰਦਾਨੇ ਪੁੱਛਿਆ ਗਰੀਬ ਨਵਾਜ, ਇਹਨਾਂ ਸਾਰਿਆਂ ਚੋਂ ਵੱਡੀ ਕਮਾਈ ਵਾਲਾ ਕੌਣ ਹੈ? ਬਾਬੇ ਆਖਿਆ ਉਹ ਜਿਹੜਾ ਸਭ ਤੋਂ ਪਿੱਛੇ ਬੈਠਾ, ਉਹ ਵੀ ਫਕੀਰ ਹੈ। ਬਾਬੇ ਆਖਿਆ ਹਾਂ। ਆਖਿਆ ਜੀ ਉਸ ਤੇ ਤਾਂ ਮੱਖੀਆਂ ਪਿਣਕਦੀਆਂ ਹਨ। ਬਾਬੇ ਆਖਿਆ ਬਾਦਸ਼ਾਹ ਦੇ ਹੁਕਮ ਨਾਲ ਇਸ ਦੇ ਸਰੀਰ ਤੋਂ ਖਲ ਲਾਈ ਹੋਈ। ਇਸਦੇ ਸਰੀਰ ਤੇ ਖਲੜੀ ਹੈ, ਇਹਦਾ ਸਾਰਾ ਚਮੜਾ ਪਛ ਕੇ ਉੱਤੋਂ ਲਾ ਛੱਡਿਆ ਹੋਇਆ। ਤੇ ਬਾਬਾ ਤੂੰ ਆਖਣਾ ਇਹ ਵੱਡੀ ਕਮਾਈ ਵਾਲਾ? ਸਾਹਿਬ ਨੇ ਆਖਿਆ ਹਾਂ, ਇੱਕ ਜਨਮ ਦੀ ਨਹੀਂ ਮਰਦਾਨੀਆਂ, ਕਈ ਜਨਮਾਂ ਦੀ ਕਮਾਈ ਹੈ। ਤੇ ਪਿਛਲੇ ਜਨਮ ਮਨਸੂਰ ਸੀ, ਅਨਲ ਹੱਕ ਪੁਕਾਰਦਾ ਮਰਿਆ ਮੈਂ ਰੱਬ ਹਾਂ, ਤੇ ਇਸ ਜਨਮ ਵਿੱਚ ਵੀ ਉੱਥੇ ਹੀ ਖੜੋਤਾ ਤੇ ਮਰਦਾਨੀਆਂ ਪੁੱਗਿਆ ਨਹੀਂ।
ਪੁੱਗ ਸਕਦਾ ਹੀ ਨਹੀਂ। ਇਹ ਜਿੰਨਾ ਚਿਰ ਵਿੱਚੋਂ ਮੈਂ ਨਹੀਂ ਨਿਕਲਦੀ ਇਹ ਕਿਵੇਂ ਪੁੱਗੇ। ਕੋਈ ਆਪ ਨੂੰ ਆਖੇ ਮੈਂ ਰੱਬ ਹਾਂ ਤੇ ਰੱਬ ਨੂੰ ਫਿਰ ਕੀ ਆਖੇਗਾ, ਉਹਦੇ ਬਾਣੇ ਤਾਂ ਰੱਬ ਹੈ ਹੀ ਕੋਈ ਨਹੀਂ। ਨਾਸਤਿਕ ਵੱਡਾ ਸੰਸਾਰ ਵਿੱਚ ਕੌਣ ਹੈ ਜਿਹੜਾ ਆਪ ਨੂੰ ਰੱਬ ਕਹਿੰਦਾ। ਸਾਹਿਬ ਆਖਦੇ ਨੇ ਮੈਂ ਉਸਨੂੰ ਨਰਕ ਵਿੱਚ ਜਾਂਦਿਆਂ ਵੇਖਿਆ। ਕਿਸ ਨੂੰ? ਆਪਸ ਕਉ ਦੀਰਘ ਕਰ ਮਾਨੇ ਔਰਨ ਕਉ ਲਗ ਮਾਤ। ਆਪ ਨੂੰ ਵੱਡਾ ਤੇ ਦੂਜਿਆਂ ਨੂੰ ਛੋਟਾ। ਆਪਸ ਕਉ ਦੀਰਘ ਕਰ ਮਾਨੇ ਔਰਨ ਕਉ ਲਗ ਮਾਤ। ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜ਼ਖ ਜਾਤ। ਬਾਬਾ ਇਹ ਕਦੋਂ ਪੁੱਗੇਗਾ? ਬਸ ਮਰਦਾਨੀਆਂ ਪੁੱਗਣ ਦੇ ਦਿਨ ਆਏ ਹਨ, ਤਾਂ ਤੇ ਆਏ ਹਨ। ਇਹ ਮੈਂ ਕੱਢ ਕੇ ਇਸ ਵਿੱਚ ਨਿਮਰਤਾ ਦਾ ਨਿਵਾਸ ਹੋਵੇਗਾ ਨਾ, ਤੇ ਫਿਰ ਇਹ ਮੈਂ ਨਾ ਕਰੇਗਾ ਮਰਦਾਨੀਆਂ, ਫਿਰ ਇਹ ਤੂੰ ਤੂੰ ਕਰੇਗਾ, ਫਿਰ ਪੁੱਗੇ। ਬਾਬੇ ਨੇ ਸ੍ਰਿਸ਼ਟੀ ਵੇਖੀ, ਕੋਈ ਜਗਦਾ ਦੀਵਾ ਸੁਮੇਰ ਦੀ ਚੋਟੀ ਤੇ ਜਾ ਚੜੇ। ਸਿੱਧਾਂ ਦੇ ਮਨਾਂ ਵਿੱਚ ਵਿਚਾਰ ਹੋਇਆ ਕੌਣ ਤੁਰਿਆ ਆਉਂਦਾ ਬਲਾ ਵੇਖੋ ਬਈ। ਜਿਸ ਵੇਲੇ ਬਾਬਾ ਨੇੜੇ ਆਇਆ ਤਾਂ ਹੰਕਾਰੀ ਸਿੱਧ ਬੋਲੇ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ। ਤੇ ਕਿਹੜੀ ਨਿਮਰਤਾ ਨਾਲ ਜਵਾਬ ਦਿੱਤਾ ਸਿੱਧ, ਹਉ ਜਪਿਆ ਪਰਮੇਸ਼ਰ। ਕੋਈ ਸ਼ਕਤੀ ਨਹੀਂ, ਪਰਮੇਸ਼ਰ ਜਪਿਆ, ਨਾਮ ਅਰਾਧਿਆ, ਇਹ ਨਾਮ ਦੀ ਸ਼ਕਤੀ ਹੈ। ਜਿਹਨੂੰ ਤੁਸੀਂ ਬਾਲਕਾ ਸਮਝਦੇ ਹੋ ਛੋਟੀ ਉਮਰ ਦਾ, ਉਹ ਛੋਟੀ ਉਮਰ ਦਾ ਬਾਲਕਾ ਉੱਥੇ ਪਹੁੰਚਿਆ ਜਿੱਥੇ ਤੁਸੀਂ ਆਣ ਪਹੁੰਚੇ ਹੋ। ਤੁਸੀਂ ਤੇ ਬੜੀਆਂ ਕਮਾਈਆਂ ਵਾਲੇ ਹੋ ਵੀ, ਬੜੀਆਂ ਰਿਧੀਆਂ ਸਿੱਧੀਆਂ ਵਾਲੇ ਹੋ, ਅਸੀਂ ਤਾਂ ਐਡੀ ਕਮਾਈ ਵਾਲੇ ਹਾਂ ਹੀ ਨਹੀਂ। ਇੱਕ ਪਰਮੇਸ਼ਰ ਦਾ ਨਾਮ ਅਰਾਧਿਆ ਜਿਸਨੇ ਬਲ ਬਖਸ਼ਿਆ ਤੇ ਤੁਹਾਡੇ ਕੋਲ ਆਏ ਹਨ। ਹਾਂ ਜਪਿਆ ਪਰਮੇਸ਼ਰ ਭਾਵ ਭਗਤ ਸੰਗ ਤਾੜੀ ਲਾਈ। ਕੀ ਨਾਮ ਹੈ ਤੇਰਾ ਆਖਣ ਸਿੱਧ ਸੁਣ ਬਾਲਿਆ। ਆਪਣਾ ਨਾਮ ਤੁਮ ਦਿਹੋ ਬਤਾਈ ਤਾਂ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇਗਾ ਤੁਹਾਡਾ। ਨਾਮ ਨਾਨਕ ਹੈ ਪਰ ਮੁੜ ਤੂੰ ਰਹਿੰਦਾ ਹਾਂ ਕਿ ਗਤ ਨਾਮ ਜਪ ਕੇ ਹੀ ਪਾਈ, ਬਿਨਾਂ ਨਾਮ ਤੋਂ ਨਹੀਂ। ਇਹ ਸਿੱਧ ਫਿਰ ਵੀ ਮਿਲੇ ਇੱਕ ਵਾਰੀ ਬਾਬੇ ਨੂੰ, ਇਸ ਵਾਰ ਸਮਝ ਨਾ ਆਈ। ਕੁਝ ਸਮਝੇ ਮੰਗਲ ਨਾਥ ਵਰਗੇ, ਗੋਰਖ ਨਾਥ ਵਰਗੇ, ਇਹ ਤਾਂ ਸਮਝੇ ਪਰ ਭੰਗਰ ਨਾਥ ਵਰਗੇ ਨਾ ਸਮਝ। ਤਾਂ ਗਰੀਬ ਨਵਾਜ਼ ਫਿਰ ਦੁਬਾਰਾ ਪਹੁੰਚੇ। ਇਸ ਵਾਸਤੇ ਚੱਲ ਮਰਦਾਨੀਆਂ ਅੱਗੇ ਕੁਛ ਸੋਝੀ ਪਈ ਸੀ ਸਿੱਧਾਂ ਨੂੰ, ਤੇ ਇਸ ਵਾਰੀ ਫਿਰ ਸ਼ਿਵਰਾਤਰੀ ਦਾ ਮੇਲਾ ਹੈ ਤੇ ਬੜਾ ਪਾਰਾ ਮੇਲਾ, ਸਿੱਧ ਸਾਰੇ ਉੱਥੇ ਇਕੱਠੇ ਹੁੰਦੇ ਹਨ। ਅੱਗੇ ਤਾਂ ਕੋਈ ਸੀ ਤੇ ਕੋਈ ਨਹੀਂ ਸੀ, ਜਿਹੜੇ ਨਹੀਂ ਸਨ ਉਹਨਾਂ ਨੇ ਆਣ ਕੇ ਆਖਿਆ ਸੀ ਜੋ ਨਹੀਂ ਸਨ, ਨਹੀਂ ਤੇ ਨਾਨਕ ਨਾਲ ਦੋ ਹੱਥ ਕਰਦੇ। ਚੱਲ ਮਰਦਾਨਿਆਂ ਉਹਨਾਂ ਨੂੰ ਮੌਕਾ ਦੇਈਏ, ਭਾਵੇਂ ਦੋ ਦੋ ਨਹੀਂ ਚਾਰ ਚਾਰ ਹੱਥ ਕਰ ਲੈਣ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਝ। ਤੋ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਉਹ ਕੋਈ ਦਰਸ਼ਨਾਂ ਦਾ ਜਾਦੂ ਸੀ ਕਿ ਬਚਨਾਂ ਦਾ ਚਮਤਕਾਰ ਸੀ ਕਿ ਕੀਰਤਨ ਦੀ ਮਹਿਮਾ ਸੀ। ਸਗਲੀ ਉਲਟ ਪਈ ਲੋਕਾਂ, ਬਸ ਜਿਸ ਕਿਸੇ ਨੇ ਸੁਣਿਆ ਗੁਰੂ ਨਾਨਕ ਆਇਆ, ਸਾਰੇ ਸਿੱਧ ਆਪੋ ਆਪਣੇ ਆਸਣ ਲਾ ਕੇ ਬੈਠੇ ਸਨ। ਕਿਸੇ ਅੱਗੇ 100 ਬੈਠਾ, ਕਿਸੇ ਅੱਗੇ 500 ਬੈਠਾ। ਕੋਈ ਤੁਰਿਆ ਆਉਂਦਾ ਦਰਸ਼ਨ ਮੇਲਾ ਕਰਨ ਵਾਸਤੇ ਹੱਥ ਵਿੱਚ ਬੇਟਾ ਲੈ ਕੇ, ਪਰ ਜਿਸ ਵੇਲੇ ਸੁਣਿਆ ਗੁਰੂ ਨਾਨਕ ਆਇਆ ਤਾਂ ਸਾਰਿਆਂ ਦੇ ਮਨ ਗੁਰੂ ਨਾਨਕ ਵੱਲ ਮੁੜ ਗਏ। ਜਿੱਧਰ ਮਨ ਜਾਏ ਤਨ ਵੀ ਉੱਧਰ ਜਾਂਦਾ। ਇਹ ਸਾਰੀ ਸੰਗਤ ਅਣ ਜੁੜੀ ਗੁਰੂ ਬਾਬੇ ਤੇ, ਬਾਬੇ ਆਖਿਆ ਮਰਦਾਨਿਆਂ ਕਰ ਕੀਰਤਨ ਹੋਏ ਉਧਾਰ। ਇਹ ਨਾਮ ਦੀ ਪਿਆਸੀ ਦੁਨੀਆਂ, ਨਾਮ ਦਾ ਪੈ ਗਿਆ ਕਾਲ। ਮਰਦਾਨਿਆਂ ਕਰ ਕੀਰਤਨ, ਇਹਨਾਂ ਨੂੰ ਨਾਮ ਦੀ ਸੋਝੀ ਪਵੇ, ਨਾਮ ਦੀ ਦਾਤ ਮਰਦਾਨਿਆਂ ਵੰਡੀਏ। ਬਲ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਭਾਈ ਬਿਨਾਂ ਨਾਮ ਤੋਂ ਹੋਰ ਕੋਈ ਸਾਧਨ ਹੈ ਹੀ ਨਹੀਂ।
भवजल बिन शब्दे क्यों तरिए, भवजल बिन शब्दे क्यों तरिए, नाम बिना जग रोग व्यापिया डुबदा डुब डुब मरिए। जिन्हें कोई डुब के मर जाए इसे तरह नाम तो बिना ए जीव डुब डुब मरदा करण जोगा नहीं। बाबे ने आखिया मरदानिया शब्द शब्द गा आ जितने आए हैं इन्हों टिकट दे। लगी बरसन लक्ष्मी ढेर लग गया पदार्थां दा, लगी बरसन लक्ष्मी रिद्ध सिद्ध नौ निद्ध सवाई। जोगी वेख चरित्र नू मन विच रिश्क गनेरी खाई। ए चरित्र वेख के जोगिया दे मना विच बड़ी खुनस आई। सारिया विचार कीती वे एक ही बनी, जितने साडे श्रद्धालु सन सारे भज गए। जेड़ी पेटा साडी अगे रखनी सी उन्होंने वह जा रखी नानक अगे। क्यों बई मर गए वो सारे, कुछ नहीं रह गया थोड़े पले। एडे निलज हो के एडी निरादरी वेख के भी कुछ नहीं कर दे। मंगरनाथ ने आखिया जे मेरे नाल तुरो ते मैं हुणे ए सारी पतला दे। ताइए जे एक प्रेमी आया उसके नाल बारह वरिया का बालक, बालक नू लिया के उसने बाबे दे चरणी पाया ते आखिया गरीब नवाज ये बच्चा तुहाडा साडा किस तरह वही। अखे जी मेरे बच्चे हुंदे सन मर जाते सन, जिस वेले ए पैदा होना सी ता मैं उस वेले तुहाडी सुख ना सुखी कि हुण जिहड़ा बच्चा होवेगा गुरु नानक दी भेटा करांगा। तो पातशाह मैं हुण लैके हाजिर होया हां, इस बच्चे नू अंगीकार करो। आखण लगे क्यों बेटा, पातशाह तेरा परख लवा तेरी रजा। हजूर ने आखिया लकड़ा लियाओ, लकड़ा कट्ठिया कीतिया, चिखा बनाओ बना दीती, अग ला दीती। लह बेटा जे मेरा सिख है तो बह जा बल दी अग। एक मिनट सेकंड भी उसने न सोचिया, सिद्धा नु दिखाना सी कि एडे एडे बालक बारह क भरिया दे केडिया शक्तियां ते कमाइया कर करके चरना नाल आन के लगे ते हुक्म तो किने निशावर हो। फिर कोई हो मैं नहीं, कोई हंकार नहीं, कुछ नहीं, निम्रता दे पूरी। बाबे दे इशारे नाल ओ बालका उठिया ते जट जाके बलदी अग विच छाल मारी। सिद्धा ने आखिया बड़ा कहर हो गया, बड़ा कहर कीता है नानक ने, पर की आखिए है डाढ़ा ते आंदी ये दुनिया डाढ़े दा सत्ती वी सौ हुंदा। हुंदा जे कोई साथों छोटा ते फिर इनू पुछ दे भई ये की कीते। जीवंदा जागदा बालक अग विच फा सुटिए। सवा पैर बीत गया, इधर कीर्तन हो रहा है, उधर अग मच रही है ते वो बालक विच पिया है। ते जटवाद साहब ने आवाज दिती, आ जा बेटा हुण सुध हो गए। ताइए जी उस अग चों वो बालक उठिया ते बाहर आया। हजूर ने गल नाल लाया ते आखिया बेटा की देवा तैनू, जिन अपने शरीर का सरफा नहीं कीता, मेरे हुक्म ते बल्दी अग विच छाल मार गया, बोल मैं उसनू की देवा। तो उस बालक ने हथ जोड़े, गरीब नवाज आ जड़िया दातां अजते ते इना सिद्धा कोलों लै लिया नी ना मोड़ के, इना नू वापस दे, वापस दे दे। सिद्धा दे तां पैरां छलियों मिट्टी निकल गई। असी इनू आखिया नहीं साड़ी सिफारिश कर, ये साड़ी सिफारिश कर लिया कि इना कोल जिहड़ी शक्ति खो लई वो मोड़ दे। हुण पै सोचदे ने बाबा तेरे पैरी लगी है कि तेरे सिख दे, तेरे सिख बनन जोगे असी नहीं, सानू सिख बना इस बालक दा जो तेरा सिख है। सेवक का होए सेवक वरता, कर कर बिनो बुलाई, सानू सेवकां दा सेवक बना ले। मौको की जाए दास दास दासन को, सानू अपना दास दासां दा दास
ਦਾਸਾਂ ਦਾ ਦਾਸ ਬਣਾ ਲੈ ਗਰੀਬ ਨਵਾਜ, ਅਸੀਂ ਤੇਰੇ ਸਿੱਖ ਬਣਨ ਦੇ ਲਾਇਕ ਨਹੀਂ, ਅਸੀਂ ਤਾਂ ਹੰਕਾਰੀ, ਅਸੀਂ ਤੈਨੂੰ ਨਹੀਂ ਸਹੀ ਕੀਤਾ, ਇਸ ਬਾਲਕੇ ਨੇ ਕੀਤਾ, ਇਹ ਤੇਰੇ ਬਚਨਾਂ ਤੇ ਫੁੱਲ ਚੜਾ ਗਿਆ, ਅਸੀਂ ਹੰਕਾਰੀ ਖਾਲੀ ਰਹਿ ਗਏ। ਫਿਰ ਵੀ ਧਨ ਇਹ ਬਾਲਕ ਹੈ ਜਿਨ ਆਪਣੇ ਵਾਸਤੇ ਕੁਛ ਨਹੀਂ ਮੰਗਿਆ, ਸਾਡੀ ਸਿਫਾਰਿਸ਼ ਕਰ ਰਿਹਾ। ਬਾਬੇ ਆਖਿਆ ਇਹ ਸਿੱਖੀ ਆਪਣਾ ਵਿਗਾੜ ਤੇ ਬਿਰਾਂਡਾ ਸੰਡ, ਆਪਣਾ ਕੰਮ ਵਿਗੜਦਾ ਵਿਗੜ ਜਾਵੇ ਬਈ, ਦੂਜੇ ਦਾ ਸਵਾਰ ਦੇ ਜੇ ਤੂੰ ਸਿੱਖ ਹੈ। ਰੋਜ਼ ਪੜ੍ਹਨਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ, ਆ ਭਲਾ ਕਰ ਰਿਹਾ। ਬਾਰਾਂ ਵਰਿਆਂ ਦਾ ਬਾਲਕ ਹੈ, ਕਿੱਡਾ ਭਲਾ ਕਰ ਰਿਹਾ ਗਰੀਬ ਨਵਾਜ। ਆ ਤੱਕੋ ਨਾ ਜਿੱਤਾ ਕਿਵੇਂ ਬੈਠਾ, ਆ ਤੱਕੋ ਨਾ ਸਿੱਧ ਕਿਵੇਂ ਨੀਵੀਂ ਪਾਈ ਬੈਠੇ ਹਨ। ਗਰੀਬ ਨਵਾਜ ਇਹਨਾਂ ਦੀਆਂ ਸ਼ਕਤੀਆਂ ਇਹਨਾਂ ਨੂੰ ਮੁੜ ਦੇ, ਤੇ ਪਾਤਸ਼ਾਹ ਨਾਲ ਹਾਜ਼ਮੇ ਦੀ ਚੁਟਕੀ ਵੀ ਦੇ ਦੇ। ਤੇ ਪਾ ਕੇ ਹੰਕਾਰੀ ਹੋ ਗਏ ਸਨ ਨਾ, ਦਾਤਾ ਨਾ ਮੋੜ, ਇਹਨਾਂ ਦੀ ਚੋਲੀ ਪਾ ਤੇ ਨਾਲ ਦੇ ਹਾਜ਼ਮਾ। ਦਾਤੇ ਨੇ ਆਖਿਆ ਹਾਜ਼ਮਾ ਤਾਂ ਫਿਰ ਇਹ ਹੈ ਕਿ ਜਪਣਾ ਸ੍ਰੀ ਵਾਹ, ਸ਼ਕਤੀਆਂ ਦਾ ਅੰਤ ਨਹੀਂ ਰਹੇਗਾ, ਪਰ ਹੰਕਾਰ ਨੇੜੇ ਨਾ ਆਵੇ, ਹੰਕਾਰ ਨਾ ਛੋ ਸਕੇਗਾ ਜਪਣ ਵਾਲੇ ਨੂੰ। ਅੱਜ ਜਿਤਨੀ ਭੀੜ ਜੁੜੀ ਸੀ, ਇਹ ਸਾਰਾ ਕੌਤਕ ਜਿਨ ਜਿਨ ਅੱਖੀਂ ਦੇਖਿਆ ਤੇ ਕੰਨੀ ਸੁਣਿਆ, ਸਭਨਾ ਦੇ ਹੰਕਾਰ ਟੁੱਟ ਗਏ। ਸਭ ਕੋਈ ਗੁਰੂ ਬਾਬੇ ਦੇ ਚਰਨਾਂ ਨਾਲ ਲੱਗਾ, ਤੇ ਜਿਸ ਵੇਲੇ ਚਰਨਾਂ ਨਾਲ ਲੱਗਾ ਤਾਂ ਬਾਬੇ ਨੇ ਵਾਹਿਗੁਰੂ ਨਾਮ ਜਪਾ ਕੇ ਬਾਬੇ ਸੰਗਤ ਵਿੱਚ ਲੈਣ ਵਾਸਤੇ ਆਏ ਹੋ ਤਾਂ ਜਪੋ ਸ੍ਰੀ ਵਾਹ। ਗੁਰੂ ਨਾਨਕ ਦੇ ਸਿੱਖ ਹੋ ਤੇ ਜਪਣ ਦਾ ਮਹਾਤਮ ਸੁਣੇ ਤਾਂ ਫਿਰ ਜਪੋ ਸ੍ਰੀ ਵਾਹ। ਬਾਬਾ ਜੀਆਂ ਦੇ ਸੰਨੇ ਦਰਗਾਹ ਦਾ ਟਿਕਟ ਹੈ,
ਕਿਹਾ ਦਰਗਾਹ ਦਾ ਟਿਕਟ ਤਕੜਾ ਕਰ, ਪੱਲੇ ਬੰਨ, ਠਾਕ ਨਾ ਹੋਵੇ। ਸੰਸਾਰ ਦੀ ਯਾਤਰਾ ਕਰਕੇ ਜਦ ਵੀ ਤੂੰ ਸਿੱਧ ਕਰਕੇ ਤੁਰੇਗਾ, ਇਹ ਨਾਮ ਤੇਰਾ ਸਹਾਇਕ ਹੋਵੇ। ਉਸ ਵੇਲੇ ਜਿਸ ਵੇਲੇ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਇਕ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪਦੇ ਗੁਰੂ ਕੇ ਹਜੂਰ ਆਓ, ਸੰਗਤ ਵਿੱਚ ਆ ਕੇ ਮਨ ਜੋੜੋ, ਇੰਜ ਲੋਕ ਸੁਖੀ ਤੇ ਪ੍ਰਲੋਕ ਸੁਹਿਲਾ ਹੁੰਦਾ। ਹੁਣ ਕੀਰਤਨ ਸਮਾਪਤੀ, ਭੁੱਲਾਂ ਚੁੱਕਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।